ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਨੂੰ ਲੈ ਕੇ ਬਾਬਾ ਸਰਬਜੋਤ ਸਿੰਘ ਬੇਦੀ ਦੇ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਦੇ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਸਮੇਤ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਸਮਾਗਮ ਦੇ ਵਿੱਚ ਸ਼ਾਮਲ ਹੋਏ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਹੀ ਦੇ ਦਿਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ, ਜਿਸ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੇ ਵਿੱਚ ਇਹ ਖਾਸ ਸਮਾਗਮ ਕਰਵਾਇਆ ਜਾ ਰਿਹਾ ਅਤੇ ਪੰਜਾਬ ਸਰਕਾਰ ਦੇ ਵੱਲੋਂ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਵੀ ਪਹੁੰਚੇ ਨੇ। ਇਸ ਮੌਕੇ ਬਟਾਲਾ ਧਮਾਕੇ ਦੀ ਜਾਂਚ ਦੇ ਸੰਬੰਧ ਵਿੱਚ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਬਟਾਲਾ ਮਾਮਲੇ ਦੀ ਜਾਂਚ ਕਰ ਰਿਹਾ ਅਧਿਕਾਰੀ ਸਿਰਫ 5 ਦਿਨ ਦੀ ਛੁੱਟੀ ਤੇ ਗਿਆ ਸੀ ਅਤੇ ਵਾਪਸ ਵੀ ਆ ਜਾਵੇਗਾ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਬਟਾਲਾ ਮਾਮਲੇ ਦੀ ਜਾਂਚ ਪੂਰੀ ਨਹੀਂ ਹੋਵੇਗੀ। ਸਮਾਜ ਵੱਲੋਂ ਸਾਰੇ ਸੰਪਰਦਾਇ ਵੱਲੋਂ ਬਾਬੇ ਨਾਨਕ ਜੀ ਦਾ ਅਰਦਾਸ ਦਿਵਸ ਮਨਾਇਆ ਗਿਆ। ਇਸ ਦਿਨ ਬਾਬਾ ਨਾਨਕ ਜੀ ਜੋਤੀ ਜੋਤ ਸਮਾਏ ਸਨ ਅਤੇ ਅਰਦਾਸ ਦਿਵਸ 'ਚ ਮੈਨੂੰ ਤਾਂ ਰੰਧਾਵਾ ਸਾਹਿਬ ਨੂੰ ਕੈਪਟਨ ਸਾਹਿਬ ਨੇ ਇੱਥੇ ਹਾਜ਼ਰੀ ਲਾਉਣ ਲਈ ਭੇਜਿਆ ਵਾ ਅਤੇ ਨਾਲ ਹੀ ਮੇਰੇ ਡਿਵੈਲਪਮੈਂਟ ਦੀ ਪ੍ਰੋਗਰੈਸ ਦੇਖਣ ਲਈ ਭੇਜਿਆ ਵਾ। ਸੋ ਅਸੀਂ ਇੱਥੇ ਹਾਜ਼ਰੀ ਲਾਉਣ ਆਏ ਹਾਂ ਅਤੇ ਆਪਣੀ ਹਾਜ਼ਰੀ ਲਵਾਈ ਹੈ। ਸਰ, ਜਿਹੜੀ ਜਾਂਚ ਆ ਬਟਾਲੇ ਦੀ ਉਹ ਸੌਂਪੀ ਗਈ ਸੀ 15 ਦਿਨਾਂ ਦੇ ਵਿੱਚ ਆਉਣ ਲਈ, ਹਾਲੇ ਤੱਕ ਜਾਂਚ ਆਈ ਨਹੀਂ, ਪਰ ਜਿਹੜੇ ਅਧਿਕਾਰੀ ਨੂੰ ਜਾਂਚ ਸੌਂਪੀ ਆ ਉਹ ਛੁੱਟੀ 'ਤੇ ਚਲੇ ਗਿਆ ਜੀ। ਕੋਈ ਵੀ ਛੁੱਟੀ ਜਾ ਸਕਦਾ, 5 ਦਿਨਾਂ ਦੀ ਉਹ ਛੁੱਟੀ ਗਏ ਨੇ, 5 ਦਿਨਾਂ ਪਿੱਛੋਂ ਇੰਗਲੈਂਡ ਆ ਜਾਣਾ, ਆ ਕੇ ਆਪਣੀ ਜਾਂਚ ਪੂਰੀ ਕਰਨੀ। ਉਧਰ ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਪਹੁੰਚੇ, ਜਿਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਵਧੀਆ ਵਿਵਹਾਰ ਵਾਲੇ ਕੈਦੀਆਂ ਨੂੰ ਜਲਦ ਹੀ ਰਿਹਾਅ ਕੀਤਾ ਜਾ ਰਿਹਾ, ਜਿਨ੍ਹਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਕਿਉਂਕਿ ਕਈ ਬੰਦੇ ਇਹੋ ਜਿਹੇ ਜਿਹਨਾਂ ਦੀ ਸਜ਼ਾ ਹੋਈ ਹੈ ਅਤੇ ਇਹ ਸਜ਼ਾ ਜਿਹੜੀ ਹੈ ਜਦੋਂ ਵੀ ਅਸੀਂ ਅਨਾਊਂਸ ਕਰਤਾ 3-4 ਵਾਰਾਂ ਛੱਡ ਵੀ ਦਿੱਤੇ ਨੇ, ਵੱਖ ਵੱਖ ਜਿਹੜੇ ਟਾਈਮ ਹੁੰਦੇ ਨੇ ਉਹਨਾਂ ਕੋਲ ਛੱਡ ਦੇ ਦਿੰਦੇ ਹਾਂ, ਔਰ ਜੇ ਉਹਨਾਂ ਨੂੰ ਇਹ ਕਹਿੰਦੇ ਕਿ ਅਸੀਂ ਉਸੇ ਦਿਨ ਛੱਡਣਾ ਅਤੇ ਕਈਆਂ ਦੇ 6-6 ਮਹੀਨੇ ਵੱਧ ਲੱਗ ਜਾਣੇ ਸੀ, ਉਹ ਉਸੇ ਕੜੀ 'ਚ ਗੁਰੂ ਨਾਨਕ ਸਾਹਿਬ ਦੀ ਕੜੀ ਦੇ ਵਿੱਚ ਹੀ ਉਹ ਬੰਦੇ ਜਿਹੜੇ ਸੀ ਛੱਡ ਰਹੇ ਆ, ਔਰ ਨਾਲ 4 ਮਹੀਨੇ ਦੀ ਪਰੋਲ ਜਿਹੜੀ ਹੈ ਉਹ ਵੀ ਗੁਰੂ ਨਾਨਕ ਸਾਹਿਬ ਦੀ ਹੈ। ਉਧਰ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਦੂਰਬੀਨ ਦੇ ਜ਼ਰੀਏ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਇਸ ਮੌਕੇ ਚੀਮਾ ਨੇ ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਕਾਰਜ ਮੁਕੰਮਲ ਸਮੇਂ ਤੇ ਪੂਰਾ ਹੋਣ ਨੂੰ ਲੈ ਕੇ ਸ਼ੱਕ ਜ਼ਾਹਿਰ ਕੀਤਾ। ਦੇਖੋ, ਕਰਤਾਰਪੁਰ ਕੋਰੀਡੋਰ ਦਾ ਕੰਮ ਬਿਲਕੁਲ ਚੱਲ ਰਿਹਾ ਹੈ, ਇਹ 'ਚ ਕੋਈ ਸ਼ੱਕ ਨਹੀਂ, ਪਰ ਲੇਕਿਨ ਕੰਮ ਬੜਾ ਸਲੋ ਚੱਲ ਰਿਹਾ। ਜਿਸ ਤਰ੍ਹਾਂ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ, ਜਿਸ ਤਰ੍ਹਾਂ ਕੇਂਦਰ ਸਰਕਾਰ ਦਾਅਵੇ ਕਰ ਰਹੀ ਆ ਕਿ ਅਕਤੂਬਰ ਤੱਕ ਪੂਰਾ ਹੋ ਜੂਗਾ, ਨਵੰਬਰ ਤੱਕ ਪੂਰਾ ਹੋ ਜੂ, ਮੈਨੂੰ ਆਸ ਨਹੀਂ ਕਿਉਂਕਿ ਬਹੁਤ ਵੱਡੀ ਪੱਧਰ ਦਾ ਇਹ ਕੰਮ ਹੋਣਾ ਬਾਕੀ ਆ। ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਆ, ਕੇਂਦਰ ਸਰਕਾਰ ਨੂੰ ਬੇਨਤੀ ਹੈ, ਕੰਮ ਨੂੰ ਜਿਹੜਾ ਹੈਗਾ ਹੋਰ ਤੇਜ਼ ਕੀਤਾ ਜਾਵੇ ਤਾਂ ਕਿ ਜਿਹੜਾ ਹੈਗਾ 550ਵਾਂ ਗੁਰਪੁਰਬ ਆ ਰਿਹਾ, ਸਾਰੀ ਸਿੱਖ ਸੰਗਤਾਂ ਮਿਲ ਕੇ ਮਨਾ ਸਕਣ। ਗੁਰਦਾਸਪੁਰ ਤੋਂ ਨਿਤਿਨ ਲੂਥਰਾ ਦੀ ਰਿਪੋਰਟ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ, ਯੂਨੋ SDS non-SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।